हर साल की तरह इस साल भी महर्षि वाल्मीकि जयंती बड़ी ही धूमधाम से मनाई जा रही है। महर्षि वाल्मीकि जी का जन्म अश्विन मास की शरद पूर्णिमा के दिन हुआ था। महर्षि वाल्मीकि के जन्म के बारे में कोई स्पष्ट प्रमाण तो नहीं है, लेकिन पौराणिक मान्यताओं के अनुसार उनका जन्म महर्षि कश्यप और अदिति के नौवें पुत्र वरुण और उनकी पत्नी चर्षणी के पुत्र के रूप में माना जाता है। भृगु ऋषि इनके बड़े भाई थे। महर्षि वाल्मीकि जयंती और शरद पूर्णिमा का सनातन धर्म में बहुत खास स्थान माना जाता है। अश्विन मास के शुक्ल पक्ष की पूर्णिमा को शरद पूर्णिमा कहा जाता है। इस दिन आसमान से अमृत वर्षा होती है। इस साल शरद पूर्णिमा 19 से 20 अक्टूबर 2021 तक मंगलवार को मनाई जाएगी। इसी के चलते भटिंडा में वाल्मीकि समाज द्वारा शोभा यात्रा निकाली गई, जिसमें विशेष तौर पर पूर्व केंद्रीय मंत्री हरसिमरत कौर बादल ने शमूलियत की और सभी को बधाई भी दी। वहीं उन्होंने सिंधु बॉर्डर पर एक 35 वर्षीय व्यक्ति की बेरहमी से की गई हत्या की कड़े शब्दों में आलोचना की। उन्होंने मीडिया से बात करते हुए कहा, एक मजदूरी करने वाला और नशा करने वाला व्यक्ति वहां कैसे पहुंचा और यह हत्या कैसे हुई, इसकी पूरी जांच होनी चाहिए। उन्होंने पूर्व मुख्यमंत्री कैप्टन अमरिंदर सिंह द्वारा लिखी चिट्ठी पर भी पलटवार करते हुए कहा, यह कुर्सी की लड़ाई है। उन्होंने कहा कि अब नए मुख्यमंत्री चन्नी ने आधा पंजाब गृह मंत्रालय के हवाले कर दिया है। बहुत बहुत बधाइयां देनिया ते चन्ना जी है अरदास कर दिया कि हमेशा साडे पंजाब च साडी भाईचारिक सांझ साडी अमन शांति बनी रहे ते रल मिल के असी गरीब होए अमीर होए नौजवान होए बुजुर्ग होए दलित होए हिंदू सिख मुसलमान असी अमन शांति दे नाल अपने पंजाब नूं अगे लिजाण वास्ते अपना पूरा पूरा योगदान पाइए ते इह पंजाब दी खुशियां हमेशा बरकरार रहे। हस्ता खेडदा साडा पंजाब वसे सिंघू बॉर्डर ते वारदात वापरी हुण उन्होंने निंगा दी फोटो जिहड़ी खेतीबाड़ी मंत्री नाल पाई होई किस तरह दे दिओ केंद्र सरकार दी नीति नूं। देखो असीं शुरू तों ही कहा है कि जिहड़ी हादसा होया ਉਹਦਾ ਜਿੱਥੇ ਅਸੀਂ ਸਖ਼ਤ ਸ਼ਬਦਾਂ 'ਤੇ ਨਿੰਦਾ ਕੀਤੀ ਅਤੇ ਨਾਲ ਹੀ ਅਸੀਂ ਮੰਗਿਆ ਕਿ ਇੱਕ ਲੇਬਰ ਕਰਨ ਵਾਲਾ ਮਜ਼ਦੂਰ ਬੰਦਾ ਨਸ਼ੇ ਕਰਨ ਵਾਲਾ ਉੱਥੇ ਕਿਵੇਂ ਪਹੁੰਚਿਆ ਅਤੇ ਕਿਵੇਂ ਹਾਦਸਾ ਹੋਇਆ ਇਹਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ। ਸਿਟਿੰਗ ਸੁਪਰੀਮ ਕੋਰਟ ਜੱਜ ਵੱਲੋਂ ਹੋਣੀ ਚਾਹੀਦੀ ਹੈ ਕਿਉਂਕਿ 2017 ਤੋਂ ਪਹਿਲੇ ਵੀ 2015 'ਚ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਵਾਸਤੇ ਇੱਕ ਬਹੁਤ ਵੱਡੀ ਸਾਜ਼ਿਸ਼ ਰਚੀ ਗਈ ਸੀਗੀ ਜਿੱਥੇ ਸਾਡੇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਸੀ ਕਿ ਜਿਨ੍ਹਾਂ ਨੇ ਬੇਅਦਬੀਆਂ ਕਰਾਈਆਂ ਅਤੇ ਜਿਨ੍ਹਾਂ ਨੇ ਉਹਦੇ 'ਚ ਸਿਆਸਤ ਖੇਡੀ ਉਹਨਾਂ ਦਾ ਕੱਖ ਨਾ ਰਹੇ। ਅੱਜ ਦੇਖਣ ਨੂੰ ਆ ਰਿਹਾ ਕਿਹਨਾਂ ਨੂੰ ਉਮਰਾਂ ਕੈਦਾਂ ਦੀ ਸਜ਼ਾ ਹੋ ਰਹੀ ਹੈ ਅਤੇ ਪੰਜਾਬ ਦੀ ਕਾਂਗਰਸ ਦਾ ਕੀ ਹਾਲ ਹੋ ਰਿਹਾ ਹੈ ਅਤੇ ਬਾਕੀ ਸਾਰੀ ਪਾਰਟੀਆਂ ਦਾ ਕੀ ਹਾਲ ਹੋ ਰਿਹਾ ਕਿਉਂਕਿ ਪਰਮਾਤਮਾ ਸਭ ਕੁਛ ਜਾਣਦਾ ਹੈ। ਇਸੇ ਤਰ੍ਹਾਂ ਇਹਨਾਂ ਚੋਣਾਂ ਤੋਂ ਪਹਿਲੇ ਵੀ ਜਿਹੜਾ ਕਿਸਾਨੀ ਅੰਦੋਲਨ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਚੱਲ ਰਿਹਾ ਸੀਗਾ ਉਸ ਅੰਦੋਲਨ ਨੂੰ ਬਦਨਾਮ ਕਰਨ ਵਾਸਤੇ ਲਗਾਤਾਰ ਸਾਜ਼ਿਸ਼ਾਂ ਦੇਖਣ ਨੂੰ ਆਈਆਂ ਨੇ। ਸਿੱਖ ਕੌਮ ਨੂੰ ਬਦਨਾਮ ਕਰਨ ਵਾਸਤੇ ਜਿਵੇਂ ਲਖੀਮਪੁਰ 'ਚ ਮੰਤਰੀ ਸਾਹਿਬ ਲੋਕਾਂ ਨੂੰ ਉਕਸਾ ਰਹੇ ਨੇ, ਖੱਟਰ ਸਾਹਿਬ ਮੁੱਖ ਮੰਤਰੀ ਉਕਸਾ ਰਹੇ ਨੇ ਅਤੇ ਸਿੱਖ ਕੌਮ ਨੂੰ ਕਦੇ ਆਤੰਕਵਾਦੀ ਕਦੇ ਕੁਛ ਕਹਿ ਕੇ ਜਿਸ ਤਰ੍ਹਾਂ ਬਦਨਾਮ ਕਰਨ ਦੀ ਸਾਜ਼ਿਸ਼ਾਂ ਚੱਲੀਆਂ ਨੇ ਪਿਛਲੇ ਸਮੇਂ 'ਚ ਇਹ ਸਾਰੀ ਚੀਜ਼ਾਂ ਨੂੰ ਨਜ਼ਰ ਰੱਖਦੇ ਹੋਏ ਸਾਡੀ ਮੰਗ ਸੀ ਕਿ ਬਹੁਤ ਡੂੰਘੀ ਸਾਜ਼ਿਸ਼ ਲੱਗਦੀ ਹੈ ਅਤੇ ਇਹਦਾ ਜ਼ਰੂਰ ਇਹਦੀ ਤਹਿ ਤੱਕ ਪਹੁੰਚਣ ਦੀ ਲੋੜ ਹੈਗੀ ਅਤੇ ਅੱਜ ਮੈਨੂੰ ਲੱਗਦਾ ਕਿ ਜਿਹੜੀ ਫੋਟੋਆਂ ਸਾਹਮਣੇ ਆਈਆਂ ਨੇ ਸ਼ਾਇਦ ਉਹ ਵੀ ਇਸ ਗੱਲ ਦਾ ਸੰਕੇਤ ਕਰਦੀਆਂ ਕਿ ਇਹਦੇ ਵਿੱਚ ਗਹਿਰਾਈ ਦੇ ਨਾਲ ਸਿਟਿੰਗ ਸੁਪਰੀਮ ਕੋਰਟ ਦੇ ਜੱਜ ਦੇ ਹੇਠ ਇਨਕੁਆਇਰੀ ਬਿਠਾਉਣ ਦੀ ਲੋੜ ਹੈ। ਚਿੱਠੀ ਜਾਰੀ ਕਰ ਦਿੱਤੀ ਗਈ, ਪਹਿਲਾਂ ਕੈਪਟਨ ਖਿਲਾਫ ਉਂਗਲਾ ਚੱਕਦੇ ਸੀ, ਹੁਣ ਚੰਨੀ ਖਿਲਾਫ ਫੇਰ ਚੱਕਣ ਲੱਗ ਗਏ ਵੀ ਚੰਨੀ ਵੀ ਉਸੇ ਰਾਹ ਤੇ ਤੁਰਿਆ ਜੋ ਕੈਪਟਨ ਨੇ ਕੀਤਾ। ਦੇਖੋ ਕੁਰਸੀ ਦੀ ਲੜਾਈ ਹੈ, ਅੱਜ ਚੰਨੀ ਸਾਹਿਬ ਅੱਧਾ ਪੰਜਾਬ ਗ੍ਰਹਿ ਮੰਤਰੀ ਦੇ ਹਵਾਲੇ ਕਰਕੇ ਇੱਕ ਤਰ੍ਹਾਂ ਦੇ ਨਾਲ ਸੈਂਟਰ ਦਾ ਰਾਜ ਸਾਡੇ ਪੰਜਾਬ 'ਚ ਲਾਤਾ ਹੈਗਾ ਜਿਹਦੇ ਕਰਕੇ ਅੱਜ ਤੁਹਾਡਾ ਸਾਰਾ ਦੁਰਗਿਆਨਾ ਮੰਦਿਰ ਹੋਏ, ਦਰਬਾਰ ਸਾਹਿਬ ਹੋਏ, ਮੁਕਤਸਰ ਹੋਏ, ਮਲੋਟ ਹੋਏ, ਫਰੀਦਕੋਟ ਹੋਏ, ਅੰਮ੍ਰਿਤਸਰ ਸਾਹਿਬ ਹੋ, ਅੱਧਾ ਪੰਜਾਬ ਸਿੱਧੇ ਗ੍ਰਹਿ ਮੰਤਰੀ ਜਿਵੇਂ ਕਸ਼ਮੀਰ ਪੂਰਾ ਗ੍ਰਹਿ ਮੰਤਰੀ ਦੇ ਅੰਡਰ ਹੈਗਾ ਉਸ ਤਰ੍ਹਾਂ ਅੱਧਾ ਪੰਜਾਬ ਜਿਹਦੇ ਮਰਜ਼ੀ ਦੁਕਾਨ 'ਚ ਛਾਪਾ ਮਾਰ ਸਕਦੇ ਆ, ਦਫ਼ਤਰ 'ਚ ਛਾਪਾ ਮਾਰ ਸਕਦੇ ਆ, ਘਰ 'ਚ ਛਾਪਾ ਮਾਰ ਸਕਦੇ ਨੇ, ਕਿਸੇ ਬੰਦੇ ਨੂੰ ਚੱਕ ਕੇ ਹਵਾਲਾ 'ਚ ਬੰਦ ਕਰਕੇ ਦੇਸ਼ ਦ੍ਰੋਹੀ ਦਾ ਉਹਦੇ ਉੱਤੇ ਖਿਤਾਬ ਵੀ ਪਾ ਸਕਦੇ ਨੇ। ਚੰਨੀ ਸਾਹਿਬ ਦੀ ਦੇਣ, ਕਾਂਗਰਸ ਦੀ ਦੇਣ, ਜਿਨ੍ਹਾਂ ਨੇ ਸਾਰਾ ਪੰਜਾਬ BSF ਦੇ ਹਵਾਲੇ ਕਰਤਾ ਹੈਗਾ। ਪਰਾਲੀ ਬੜਾ ਮੁੱਦਾ ਬਣੀ ਹੋਈ ਹੈ ਕਿਸਾਨਾਂ ਕੋਲ।